सब्सक्राइब कीजिए सेव इन्फो यूट्यूब चैनल को, और साथ ही घंटी के बटन को आपने ऑन कर लेना है जिससे आपको हर एक नोटिफिकेशन समय से मिलती रहे। नमस्कार दोस्तों, तुहाडा बहुत स्वागत है जी एक बार फिर साडे YouTube चैनल सेव कैन फो दे विच। दोस्तों अज एक नवा नोटिफिकेशन लैके तुहाडे लई हाजिर होए आंगे। तां वीडियो शुरू करन तों पहलां तुहानूं गुजारिश है जो फर्स्ट टाइम चैनल विजिट कर रहे ने प्लीज चैनल नूं सबसक्राइब करो। जिहदे विच की होवेगा असीं हर रोज़ तुहाडे लई असामियां लैके आउंदे आ जी, तां जो तुहाडे लई कि फायदेमंद हुंदियां ने। तां इदां दीआं मतलब वीडियो देखण लई दोस्तों साडे चैनल नाल तुसीं जुड़ जावो जिस नाल तुहानूं अग्गे बेनीफिट होवेगा। तां अग्गे चलते हां जी, आपां देख सकदे हां जो नोटिफिकेशन आया पर तुहाडे लई पढ़ के मैं साझा कर रहा दोस्तों, तुसीं देख सकते हो आम नियुक्तियां। महात्मा गांधी यानी कि पेंडू रोजगार एक्ट, महात्मा गांधी पेंडू रोजगार एक्ट अधीन जिला कपूरथला विच हेठ लिखे स्टाफ स्टाफ दी की जरूरत है। इह स्टाफ पूर्ण तौर ते ठेकेदार तों होवेगा ते माण भत्ता स्कीम अधीन कंटनजेंसी मद विच दित्ता जाएगा। तां जो असामी दा नाम जी दे सकते हो अकाउंट मैनेजर दी है ते अकाउंट असिस्टेंट सी अकाउंट टेक्निकल सहायक ते ग्राम ग्राम रोजगार सेवक की पोस्ट है। तो इदा देख सकते जो अकाउंट्स मैनेजर की वैकेंसी है जी, वैकेंसी एक हैगी। तो योग्यता एंड जो चाहिए एम कॉम बी कॉम सी ए जो भी रखते हैं एम कॉम बी कॉम जिन्होंने किया दोस्तों अप्लाई कर सकता गा। समेत फाइनल फील्ड लिए एक साल का तजर्बा थोड़ा एम एस आपस में मुहूर्त यानी कि जो एम एस जो आपस में मुहूर्त होनी चाहिए, इंटरनेट विच बेसिक प्रोग्राम यानी कि स्किल होनी चाहिए, टैली वर्ग के सॉफ्टवेयर विच मुहारत, जां सरकारी या अर्ध सरकारी विभाग विच सेवा मुक्त अकाउंट असिस्टेंट्स की टैली सॉफ्टवेयर विच मुहारत रखता हो। जे तनखाह की गल की जाए तो तुहानू ते उक्का बुक्का जो 17,000 रुपया प्रति महीना तुहानू जो सैलरी दिती जानी है जी। तो नैक्सट पोस्ट वल चलते हैं जी जो कंप्यूटर असिस्टेंट्स की है। तो जो भी कंप्यूटर असिस्टेंट्स ਲਈ ਅਪਲਾਈ ਕਰਨਾ ਚਾਹੁੰਦੇ ਹਨ ਜੀ, ਉਹਨਾਂ ਲਈ ਜੋ ਇੱਕ ਅਸਾਮੀ ਰੱਖੀ ਗਈ ਹੈਗੀ ਅਤੇ ਉਹਨਾਂ ਲਈ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਐਲੀਜੀਬਿਲਿਟੀ ਕੀ ਚਾਹੀਦੀ ਹੈਗੀ ਤਾਂ ਬੀ ਸੀ ਏ ਬੀ ਟੈਕ ਐਮ ਸੀ ਏ ਜਾਂ ਇਹਨਾਂ ਦੀ ਬਰਾਬਰ ਦੀ ਯੋਗਤਾ ਯਾਨੀ ਕਿ ਐਮ ਐਸ ਆਫਿਸ ਵਿੱਚ ਤੁਹਾਨੂੰ ਮਾਹਰ ਅਤੇ ਇੰਟਰਨੈਟ ਦੀ ਬੇਸਿਕ ਪ੍ਰੋਗਰਾਮ ਸਕਿੱਲ ਇੱਕ ਸਾਲ ਤੁਹਾਡੇ ਲਈ ਐਕਸਪੀਰੀਅੰਸ ਐਂਡ ਟੈਪਿੰਗ ਸਪੀਡ ਜੋ ਤੁਹਾਡੀ ਹੋਣੀ ਚਾਹੀਦੀ ਹੈਗੀ 30 ਅੱਖਰ ਪ੍ਰਤੀ ਮਿੰਟ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਜੋ ਤੁਹਾਡੇ ਹੋਣੇ ਚਾਹੀਦੇ ਨੇ। ਤਾਂ ਇਹ ਸੀ ਕੁਝ ਬੇਸਿਕ ਡਿਟੇਲ ਹੈ ਜੋ ਕੰਪਿਊਟਰ ਅਸਿਸਟੈਂਟਸ, ਤਾਂ ਇਹਦੇ ਲਈ ਨਾਲ ਹੀ ਤੁਹਾਨੂੰ ਮੈਂ ਦੱਸ ਦੇਵਾਂ ਜੀ ਸੈਲਰੀ ਵਗੈਰਾ ਤੁਹਾਨੂੰ ਮਿਲਣੀ ਹੈ ਉੱਕਾ ਪੁੱਕਾ 11,000 ਪ੍ਰਤੀ ਮਹੀਨਾ ਜੋ ਤੁਹਾਨੂੰ ਪੇ ਸਕੇਲ ਵਗੈਰਾ ਮਿਲਣਾ ਜੀ। ਤਾਂ ਅਗਲੀ ਪੋਸਟ ਲਈ ਚੱਲਦੇ ਹਾਂ ਜੀ, ਉਹ ਟੈਕਨੀਕਲ ਸਹਾਇਕ ਦੀ ਹੈਗੀ। ਤਾਂ ਤੁਸੀਂ ਦੇਖ ਸਕਦੇ ਹੋ ਜੋ ਟੈਕਨੀਕਲ ਸਹਾਇਕ ਲਈ ਵੈਕੈਂਸੀ ਹੈਗੀ ਜੀ, ਪੋਸਟਾਂ ਦੀ ਗੱਲ ਕੀਤੀ ਜਾਵੇ ਤਾਂ 4 ਵੈਕੈਂਸੀ ਹਨ। ਤਾਂ ਇਹਦੇ ਲਈ ਸਿਵਲ ਇੰਜੀਨੀਅਰਿੰਗ ਵਿੱਚ ਡਿਗਰੀ, ਤਾਂ ਜੋ ਵੀ ਇਹਨੂੰ ਅਪਲਾਈ ਕਰਨਾ ਚਾਹੁੰਦਾ ਜੀ ਉਹਨਾਂ ਲਈ ਸਿਵਲ ਇੰਜੀਨੀਅਰਿੰਗ ਵਿੱਚ ਡਿਗਰੀ ਹੋਣੀ ਚਾਹੀਦੀ ਹੈ, ਡਿਪਲੋਮਾ ਹੋਵੇ ਚਾਹੇ ਜੋ ਵੀ ਕਿਸੇ ਸਰਕਾਰੀ ਮਾਨਤਾ ਪ੍ਰਾਪਤ ਹੋ ਤੇ ਸੰਸਥਾ ਵਿੱਚ ਕੰਪਿਊਟਰ ਮੁਹਾਰਤ ਹੋਣੀ ਚਾਹੀਦੀ ਹੈਗੀ ਤੇ ਨਾਲ ਹੀ ਐਮ ਐਸ ਅਵਰਡ ਤੇ ਐਕਸਲ ਡਾਟਾਬੇਸ ਯਾਨੀ ਕਿ ਫੰਕਸ਼ਨਸ ਤੁਹਾਨੂੰ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ ਜੀ, ਜਾਂ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਵਿੱਚ ਸੇਵਾ ਮੁਕਤ ਯਾਨੀ ਕਿ ਜੇਈ SDO ਸਿਵਲ ਸਰਜਨ ਤੁਹਾਨੂੰ ਜਾਣਕਾਰੀ ਇਹਦੇ ਵਿੱਚ ਤੁਹਾਨੂੰ ਜੋ ਵੀ ਕਹਿ ਸਕਦੇ ਆਪਾਂ ਤਜਰਬਾ ਵਗੈਰਾ ਹੋਣਾ ਚਾਹੀਦਾ ਹੈਗਾ। ਤਾਂ ਉੱਕਾ ਪੁੱਕਾ ਸੈਲਰੀ ਦੀ ਗੱਲ ਕੀਤੀ ਜਾਵੇ ਜੀ, ਤਾਂ ਤੁਹਾਨੂੰ 15,900 ਤਨਖਾਹ ਜਿਹੜੀ ਮਿਲਣੀ ਹੈ ਜੀ ਪਲੱਸ TA 900 ਰੁਪਏ ਪ੍ਰਤੀ ਮਹੀਨਾ ਤੁਹਾਨੂੰ ਅਲੱਗ ਤੋਂ ਮਿਲਣਾ ਜੀ। ਤਾਂ ਚੌਥੀ ਪੋਸਟ ਜੋ ਆ ਜਾਂਦੀ ਹੈ ਜੀ ਗ੍ਰਾਮ ਸੇਵਕ ਦੀ, ਗ੍ਰਾਮ ਰੋਜ਼ਗਾਰ ਸੇਵਕ ਵੀ ਕਹਿ ਸਕਦੇ ਹਾਂ ਆਪਾਂ ਨੂੰ ਜੀ, ਅਸਾਮੀਆਂ ਦੀ ਗਿਣਤੀ ਜੀ 25 ਰੱਖੀ ਗਈ ਆ ਜੋ ਕਾਫੀ ਹੱਦ ਤੱਕ ਵਧੀਆ ਵੀ ਹੈ ਚਲੋ ਰੱਖੀ ਗਈ ਹੈ। ਯੋਗਤਾ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਤਾਂ 12ਵੀਂ ਪਾਸ ਯਾਨੀ ਕਿ 12ਵੀਂ ਪਾਸ ਵਾਲਾ ਕੈਂਡੀਡੇਟ ਜੀ ਇਹਨੂੰ ਅਪਲਾਈ ਕਰ ਸਕਦਾ ਹੈਗਾ। ਤਾਂ ਕੰਪਿਊਟਰ ਵਿੱਚ ਡਾਟਾ ਐਂਟਰੀ ਦੀ ਮਹਾਰਤ ਉਹਨੂੰ ਨਾਲ ਹੀ ਹੋਣੀ ਚਾਹੀਦੀ ਆ। ਤਾਂ ਇੱਥੇ ਜੀ ਇਸ ਗੱਲ ਕਰਦੇ ਆਪਾਂ ਤਨਖਾਹ ਦੀ, ਤਾਂ ਉੱਕਾ ਪੁੱਕਾ ਉਹਨੂੰ ਜੋ 9,400 ਤਨਖਾਹ
ਮਿਲਣੀ ਹੈ ਜੀ ਤਨਖਾਹ 8500 ਪਲੱਸ 900 ਰੁਪਏ ਪ੍ਰਤੀ, ਜੋ ਮਹੀਨਾ ਨੂੰ ਡੀਏ ਵਗੈਰਾ ਦੇਣਾ ਹੈਗਾ, ਤਾਂ ਉੱਕਾ ਬੁੱਕਾ ਇੰਨੀ ਤਨਖਾਹ ਮਿਲਣੀ ਆ। ਤਾਂ ਅਸੀਂ ਕੁਝ ਦੋਸਤੋ ਪੋਸਟਾਂ ਜਿੱਦਾਂ ਅਕਾਊਂਟ ਮੈਨੇਜਰ ਦੀਆਂ, ਅਕਾਊਂਟ ਅਸਿਸਟੈਂਟਸ ਦੀਆਂ, ਟੈਕਨੀਕਲ ਸਹਾਇਕ ਦੀਆਂ ਅਤੇ ਗ੍ਰਾਮ ਰੁਜ਼ਗਾਰ ਸੇਵਕ ਦੀਆਂ। ਤਾਂ ਹੁਣ ਇਹਨੂੰ ਆਪਾਂ ਦੇਖਦੇ ਹਾਂ ਜੀ, ਇਹਨੂੰ ਮਤਲਬ ਇਹਨਾਂ ਦੀ ਅੱਗੇ ਸ਼ਰਤਾਂ ਕੀ ਨੇ, ਕਿੱਦਾਂ ਇਹਨੂੰ ਅਪਲਾਈ ਕਰਨ ਲਾਸਟ ਡੇਟ ਕੀ ਹੈ, ਅਤੇ ਏਜ ਐਲੀਜੀਬਿਲਟੀ ਕੀ ਹੈ, ਉਹ ਆਪਾਂ ਤੁਹਾਡੇ ਨਾਲ ਅੱਗੇ ਡਿਸਕਸ ਕਰਦੇ ਹਾਂ। ਤਾਂ ਤੁਸੀਂ ਦੇ ਸਕਦੇ ਹੋਗੇ ਜੋ ਸ਼ਰਤਾਂ ਇਹਨਾਂ ਦੀ ਦੱਸੀਆਂ ਗਈਆਂ ਨੇ ਜੀ। ਚੁਣੇ ਗਏ ਉਮੀਦਵਾਰ ਨੂੰ ਜ਼ਿਲ੍ਹਾ ਜਾਂ ਬਲਾਕ ਜਾਂ ਪਿੰਡ ਦੇ ਪੱਧਰ ਤੇ ਤਾਇਨਾਤ ਕੀਤਾ ਜਾਵੇਗਾ। ਤਾਂ ਜੋ ਵੀ ਕੈਂਡੀਡੇਟ ਦੇ ਮਤਲਬ ਸਿਲੈਕਸ਼ਨ ਲਈ ਹੋਣਗੇ, ਜਿਹਨੂੰ ਜ਼ਿਲ੍ਹਾ ਜਾਂ ਬਲਾਕ ਦੇ ਜਾਂ ਪਿੰਡ ਦੇ ਪੱਧਰ ਤੇ ਤਾਇਨਾਤ ਕੀਤਾ ਜਾਊਗਾ। ਤਾਂ ਸੈਕਿੰਡ ਗੱਲ ਹੈ ਜੀ, ਨੌਕਰੀ ਲਈ ਤਾਇਨਾਤ ਕੀਤੇ ਗਏ ਉਮੀਦਵਾਰ ਕੰਟਰੈਕਟ ਅਨੁਸਾਰ ਕੰਟਰੈਕਟ ਖਤਮ ਹੋਣ ਜਾਂ ਪ੍ਰੋਜੈਕਟ ਸਕੀਮ ਅਧੀਨ ਖਤਮ ਹੋਣ ਦੇ ਆਪਣੇ ਆਪ ਹੀ ਨੌਕਰੀ ਤੋਂ ਬਰਖਾਸਤ ਸਮਝੇ ਜਾਣਗੇ। ਯਾਨੀ ਕਿ ਤੁਹਾਨੂੰ ਪਹਿਲਾਂ ਦੱਸਦਾ ਮੈਂ, ਜੋ ਪੋਸਟ ਹੈ ਕੰਟਰੈਕਟ ਬੇਸ 'ਤੇ ਹੈ ਜੀ, ਜਿੰਨਾ ਚਿਰ ਮੇਰਾ ਕੰਟਰੈਕਟ ਆ ਉਸ ਤੋਂ ਬਾਅਦ ਦੱਸਿਆ ਗਿਆ ਇਹਨਾਂ ਨੇ ਵੀ ਉਹ ਕਿ ਨੌਕਰੀ ਤੋਂ ਬਾਅਦ ਬਰਖਾਸਤ ਸਮਝੇ ਜਾਣਗੇ। ਇਸ ਸੰਬੰਧੀ ਉਮੀਦਵਾਰ ਕਿਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਅਦਾ ਜਾਂ ਅਧਿਕਾਰ ਪੇਸ਼ ਨਹੀਂ ਕੀਤਾ ਜਾਵੇਗਾ। ਤਾਂ ਤੀਜੀ ਨੰਬਰ ਤੋਂ ਵੀ ਸ਼ਰਤ ਰੱਖੀ ਗਈ ਜੀ, ਉਮਰ ਦੀ ਹੱਦ 31/2019 ਨੂੰ 18 ਤੋਂ ਲੈ ਕੇ 37 ਸਾਲ ਦੀ ਹੋਵੇਗੀ। ਇਸ ਤੋਂ ਇਲਾਵਾ ਸਰਕਾਰ ਦੀ ਹਦਾਇਤਾਂ ਅਨੁਸਾਰ ਜੀ SC ST ਅਤੇ ਪਿਛਲੀਆਂ ਸ਼੍ਰੇਣੀਆਂ ਨੂੰ ਉਮਰ ਦੀ ਛੋਟ ਦਿੱਤੀ ਜਾਵੇਗੀ। ਤਾਂ ਜਿੱਦਾਂ ਕਿ ਦੋਸਤੋ SC VC ਨੂੰ ਜੋ ਛੋਟ ਹੁੰਦੀ ਹੈਗੀ ਗਵਰਨਮੈਂਟ ਦੇ ਰੂਲਸ ਅਨੁਸਾਰ, ਤੁਹਾਨੂੰ ਜੋ ਇਹਦੇ ਵਿੱਚ ਏਜ ਦੀ ਛੋਟ ਵੀ ਹੈ, ਠੀਕ ਆ। ਤਾਂ ਜੋ ਸ਼ਰਤਾਂ ਨੇ ਜੀ, 4 ਨੰਬਰ 'ਤੇ ਸ਼ਰਤ ਆਈ ਹੈਗੀ, ਬਿਨੈਕਾਰ ਆਪਣੀ ਅਰਜ਼ੀ ਸਮੇਤ ਸਰਟੀਫਿਕੇਟ ਦੀਆਂ ਜੀ ਫੋਟੋ ਕਾਪੀਆਂ, ਯਾਨੀ ਕਿ ਦੀਆਂ, ਠੀਕ ਆ, ADC ਯਾਨੀ ਕਿ ਕਮ ਐਡੀਸ਼ਨਲ ਪ੍ਰੋਗਰਾਮ, ਠੀਕ ਹੈ, ਕੋਆਰਡੀਨੇਟ ਜ਼ਿਲ੍ਹਾ ਪ੍ਰਸਿੱਧ ਬਿਲਡਿੰਗ ਕਪੂਰਥਲਾ ਵਿਖੇ ਮਿਤੀ 18/2019 ਤੱਕ ਪੁੱਜਦੀਆਂ ਕਰ ਸਕਦੇ ਹਨ। ਮਿਤੀ ਤੋਂ ਬਾਅਦ ਜਾਂ ਡਾਕ ਰਾਹੀਂ ਪ੍ਰਾਪਤ ਬਿਨੈ ਪੱਤਰ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਤਾਂ ਤੁਸੀਂ ਦੇ ਸਕਦੇ ਹੋ ਜੀ, ਜੋ ਇਹਨਾਂ ਦੀ ਲਾਸਟ ਡੇਟ ਦੀ ਗੱਲ ਕੀਤੀ ਜਾਵੇ ਤਾਂ 18 ਤਰੀਕ ਆ ਜੀ, ਯਾਨੀ ਕਿ 18/2, ਤਾਂ ਤੁਸੀਂ 18/2 ਯਾਨੀ ਕਿ 2/18 ਤੋਂ ਪਹਿਲਾਂ ਤੁਸੀਂ ਕੀ ਇਹਨਾਂ ਦੇ ਡਾਕੂਮੈਂਟ ਨੇ ਜੋ ਵੀ ਆਪਣੇ ਨੇ, ਤੁਸੀਂ ਇੱਕ ਚੰਗੀ ਤਰ੍ਹਾਂ ਉਹਨੂੰ ਫਾਰਮੈਟ ਨੂੰ ਭਰ ਕੇ ਜੀ ਇਹਨਾਂ ਦੀ ਜੋ 8 ਤਰੀਕ ਤੋਂ ਪਹਿਲਾਂ ਪਹਿਲਾਂ ਚਾਹੇ ਤਾਂ ਬਾਏ ਹੈਂਡ ਵੀ ਫੜਾ ਸਕਦੇ ਹੋ ਦੋਸਤੋ, ਜਾਂ ਤੁਸੀਂ ਡਾਕ ਰਾਹੀਂ ਵੀ ਭੇਜ ਸਕਦੇ ਹੋਗੇ। ਤਾਂ ਉਦੋਂ ਬਾਅਦ ਜੋ ਤੁਹਾਡੀ ਰਿਸੀਵ ਹੋਗੀ ਡੇਟ 18/2 ਆਫਟਰ, ਤਾਂ ਉਹਦੇ 'ਤੇ ਕੋਈ ਵਿਚਾਰ ਨਹੀਂ ਕੀਤਾ ਜਾਣਾ। ਤਾਂ ਅੱਗੇ ਚੱਲਦੇ ਹਾਂ, ਜੋ ਲੜੀ ਨੰਬਰ 5 ਵੀ ਸ਼ਰਤ ਰੱਖੀ ਗਈ ਹੈ, ਲੜੀ ਨੰਬਰ 2 ਦੇ ਦਰਜ ਅਸਾਮੀ ਕੰਪਿਊਟਰ ਟਾਈਪਿੰਗ ਟੈਸਟ ਜੋ ਹੋਣਾ ਜੀ 25/2/2009 ਨੂੰ ਹੋਣਾ, ਸੋਰੀ 19 ਨੂੰ ਹੋਣਾ ਗਾ, 25/2 ਨੂੰ ਯਾਨੀ ਕਿ ਟੈਸਟ ਹੋਣਾ ਜੀ, ਉਹ ਜੋ ਦਫ਼ਤਰ ADC ਯਾਨੀ ਕਿ ਕਪੂਰਥਲਾ ਵਿਖੇ ਲੈ ਜਾਏ ਹੋਇਆ। ਤਾਂ ਇੰਟਰਵਿਊ ਮਿਤੀ ਜੀ ਤੁਹਾਨੂੰ ਦੱਸਦੇ ਮੈਂ ਜੀ, ਇੰਟਰਵਿਊ ਮਿਤੀ ਜੀ 28/2/2019 ਨੂੰ ਸਵੇਰੇ 10 ਵਜੇ ਸਿਲੈਕਸ਼ਨ ਕਮੇਟੀ ਵੱਲੋਂ ਦਫ਼ਤਰ ADCV ਕਪੂਰਥਲਾ ਵਿਖੇ ਲੈ ਵੀ ਜਾਏਗੀ। ਤਾਂ ਇਹ ਸੀ ਕੁਝ ਮੇਨ ਸ਼ਰਤਾਂ ਜੀ, ਤੁਹਾਨੂੰ ਜੋ ਪਤਾ ਲੱਗ ਗਈ ਹੈਗੀਆਂ ਹੋਣੀਆਂ। ਤਾਂ ਜੋ ਵੀ ਕੈਂਡੀਡੇਟ ਜੀ ਇਹਨਾਂ ਲਈ ਅਪਲਾਈ ਕਰਨਾ ਚਾਹੁੰਦਾ, ਯਾਨੀ ਕਿ ਮਹਾਤਮਾ ਗਾਂਧੀ ਰਾਸ਼ਟਰੀ ਪਿੰਡ ਰੁਜ਼ਗਾਰ, ਠੀਕ ਹੈ, ਕਪੂਰਥਲਾ ਵਿਖੇ ਜੋ ਅਸਾਮੀਆਂ ਨਿਕਲੀਆਂ ਹਨ ਜੀ, ਇਹ ਅਕਾਊਂਟ ਮੈਨੇਜਰ ਦੀਆਂ, ਕੰਪਿਊਟਰ ਅਸਿਸਟੈਂਟਸ ਦੀਆਂ, ਟੈਕਨੀਕਲ ਸਹਾਇਕ ਦੀਆਂ, ਗ੍ਰਾਮ ਸੇਵਕ ਦੀਆਂ, ਤਾਂ ਇਹਨਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਤੁਹਾਡਾ ਲਈ ਇੱਕ ਬਹੁਤ ਵਧੀਆ ਮੌਕਾ ਨਿਕਲਿਆ ਹੈਗਾ, ਠੀਕ ਹੈ। ਜੋ ਪੋਸਟਾਂ ਹੋਣੀਆਂ ਕੰਟਰੈਕਟ ਨੇ, ਰੈਗੂਲਰ ਤੋਂ ਪੋਸਟ ਨਹੀਂ ਹੈਗੀ। ਤਾਂ ਜੋ ਆਪਣਾ ਜਿਹੜਾ ਮੇਨ ਟੌਪਿਕ ਤੁਹਾਡੇ ਲਈ ਮੈਂ ਜੋ ਲੈ ਕੇ ਆਇਆ ਜਿਹਦਾ ਨੋਟੀਫਿਕੇਸ਼ਨ ਮੈਨੂੰ, ਠੀਕ ਹੈ, ਉਸ ਲਈ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ। ਤਾਂ ਦੋਸਤੋ ਇਦਾਂ ਦੀਆਂ ਤੁਸੀਂ ਅਪਡੇਟ ਜਾਣਕਾਰੀ ਦੇ ਲਈ ਸਾਡੇ ਚੈਨਲ ਨਾਲ ਜੁੜ ਜਾਵੋ ਜੀ। ਜਿਹੜਾ ਅਜੇ ਤੱਕ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤਾਂ ਉਹਨਾਂ ਨੂੰ ਮੈਂ ਇਹੀ ਦੋਸਤੋ ਨੂੰ ਅੱਗੇ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਉਹ ਬੈਲ ਦਾ ਬਟਨ ਆ ਦੋਸਤੋ, ਉਸਨੂੰ ਪ੍ਰੈਸ ਕਰ ਲਓ, ਜਿਸ ਦੇ ਨਾਲ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਊਗੀ। ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਦੋਸਤੋ, ਨਾਲ ਹੀ ਆਪਣੇ ਫਰੈਂਡ ਸਰਕਲ ਦੇ ਵਿੱਚ ਵਟਸਐਪ, ਫੇਸਬੁੱਕ, ਜੋ ਵੀ ਤੁਹਾਡੀ ਸੀ ਪਲੇਅਰ ਚਲਾਉਂਦੇ ਦੋਸਤੋ, ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ। ਤਾਂ ਮਿਲਦੇ ਦੋਸਤੋ ਨੈਕਸਟ ਵੀਡੀਓ ਤੱਕ, ਤਦ ਤੱਕ ਦੋਸਤੋ ਗੁੱਡ ਬਾਏ, ਟੇਕ ਕੇਅਰ।